ਅੱਜ ਇਸ ਵਕਤ ਗਿੱਦੜਬਾਹਾ ਵਿੱਚ ਮੌਜੂਦ ਹਾਂ ਡਿੰਪੀ ਢਿੱਲੋਂ ਪਰਿਵਾਰ ਸਮੇਤ ਜਿਹੜੇ ਨੇ ਵੋਟ ਕਾਸਟ ਕਰਕੇ ਇਸ ਵਕਤ ਬਾਹਰ ਨਿਕਲੇ ਨੇ ਤਾਂ ਪੂਰਾ ਪਰਿਵਾਰ ਜਿਹੜਾ ਹੈਗਾ ਉਹਨਾਂ ਦਾ ਇੱਥੇ ਇਸ ਵਕਤ ਮੌਜੂਦ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ। ਉਹਨੇ ਬੇਟੀ ਜਿਹੜੇ ਸਾਡੇ ਮੌਜੂਦ ਨੇ, ਕਿਸ ਤਰੀਕੇ ਦਾ ਲੱਗ ਰਿਹਾ ਤੁਹਾਡੇ ਫਾਦਰ ਸਾਹਿਬ ਜਿਹੜੇ ਨੇ ਵੋਟ ਕਾਸਟ ਕਰਕੇ ਆ ਗਏ? ਹਾਂਜੀ, ਬਹੁਤ ਅੱਛਾ ਲੱਗ ਰਿਹਾ ਜੀ, ਅਤੇ ਐਤਕੀ ਸਾਨੂੰ ਉਮੀਦ ਵੀ ਹੈ ਕਿ ਬਹੁਤ ਅੱਛਾ ਰਿਸਪੋਂਸ ਵੀ ਮਿਲੂਗਾ ਸਾਨੂੰ, ਕਿਉਂਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਜੀ, ਅਤੇ ਬਸ ਵੇਟ ਕਰ ਰਹੇ ਹਾਂ ਜੀ ਹੁਣ 23 ਤਰੀਕ ਦੀ। ਐਜ਼ ਏ ਫਾਦਰ ਤੁਸੀਂ ਨਜ਼ਦੀਕ ਤੋਂ ਵੇਖਿਆ, ਐਜ਼ ਏ ਲੀਡਰ ਕਿਵੇਂ ਦੇਖਦੇ ਆਪਣੇ ਫਾਦਰ ਸਾਹਿਬ? ਪਾਪਾ ਨੂੰ ਮੈਂ ਪੋਲੀਟੀਸ਼ੀਅਨ ਵਾਂਗੂ ਨਹੀਂ, ਇੱਕ ਵਰਕਰ ਵਾਂਗੂ ਦੇਖਦੀ ਹਾਂ ਜੀ, ਇੱਕ ਸੋਸ਼ਲ ਵਰਕਰ ਵਾਂਗੂ, ਕਿ ਉਹ ਸਾਰੇ ਆਪਣੇ ਹਲਕੇ ਨੂੰ ਆਪਣਾ ਪਰਿਵਾਰ ਸਮਝਦੇ ਨੇ, ਤਾਂ ਲੀਡਰ ਵਾਂਗੂ ਨਹੀਂ, ਪਾਪਾ ਐਜ਼ ਅ ਫੈਮਲੀ ਮੈਂਬਰ ਜਿਵੇਂ ਆਪਾਂ ਫੈਮਲੀ ਦਾ ਧਿਆਨ ਰੱਖਦੇ ਹਾਂ ਉਵੇਂ ਧਿਆਨ ਰੱਖਣਗੇ। ਕਿਹੜੀ ਗੱਲ ਹੈ ਜਿਹੜੀ ਹੈਗੀ ਕਿ ਲੋਕਾਂ ਨੂੰ ਜ਼ਿਆਦਾ ਅਟਰੈਕਟ ਕਰੂਗੀ, ਜਿਸ 'ਤੇ ਜ਼ਿਆਦਾ ਲੋਕ ਭਰੋਸਾ ਕਰ ਸਕਦੇ ਆ? ਪਾਪਾ ਜੋ ਕਹਿੰਦੇ ਆ ਜੀ ਉਹ ਕਰਦੇ ਨੇ, ਜਿਹੜੇ ਵਾਅਦੇ ਉਹਨਾਂ ਨੇ ਕੀਤੇ ਆ ਉਹ ਵੀ ਸਾਰੇ ਪੂਰੇ ਕਰਨਗੇ, ਅਤੇ ਐਜ਼ ਅ ਹਿਊਮਨ ਬੀਇੰਗ ਵੀ ਜੀ ਉਹਨਾਂ ਵਿੱਚ ਕੋਈ ਕਮੀ ਨਹੀਂ ਹੈਗੀ। ਮੈਂ ਕਹਿੰਦੀ ਹਾਂ ਇੰਨੀ ਜ਼ਿਆਦਾ ਲੇਡੀਜ਼ ਦੀ ਰਿਸਪੈਕਟ ਕਰਦੇ ਨੇ ਜੀ, ਅਤੇ ਉਹਨਾਂ ਦਾ ਜਿਹੜਾ ਨੇਚਰ ਹੈ ਉਹ ਇੰਨਾ ਜ਼ਿਆਦਾ ਡਾਊਨ ਟੂ ਅਰਥ ਹੈ, ਅਤੇ ਮੈਂ ਕਹਿੰਦੀ ਹਾਂ ਕਿ ਗਿੱਦੜਬਾਹ ਨੇ ਬਹੁਤ ਹੀ ਅੱਛਾ ਲੀਡਰ ਚੁਣਿਆ ਹੈ, ਅਤੇ ਮੈਨੂੰ ਲੱਗਦਾ ਹੁਣ ਮੰਡੀ ਕਿਤੇ ਵੀ ਹੋਰ ਵੋਟ ਨਹੀਂ ਪਾਊਗੀ ਇਨ ਫਿਊਚਰ। ਲੱਗਦਾ ਜੋ ਫੈਸਲਾ ਹੁਣ ਲਿਆ ਗਿਆ ਬਹੁਤ ਸਹੀ ਫੈਸਲਾ ਲਿਆ ਗਿਆ ਇਸ ਪਾਰਟੀ ਵਿੱਚ? ਹਾਂਜੀ, ਦੇਖੋ ਜੀ ਲੋਕਾਂ ਦਾ ਪਿਆਰ ਹੈ ਜੀ, ਅਤੇ ਪਾਰਟੀ ਦਾ ਵੀ ਪਿਆਰ ਸੀਗਾ, ਤਾਂ ਹੀ ਪਾਪਾ ਇੱਧਰ ਆਏ ਨੇ, ਅਤੇ ਆਈ ਥਿੰਕ ਇਹ ਬਹੁਤ ਅੱਛਾ ਡਿਸੀਜਨ ਹੋਊਗਾ ਆਪਣੇ ਗਿੱਦੜਬਾਹੇ ਲਈ, ਤਾਂ ਕਿ ਆਪਣੀ ਡਿਵੈਲਪਮੈਂਟ ਹੋ ਸਕੇ ਐਂਡ ਗਵਰਨਮੈਂਟ ਦੇ ਨਾਲ, ਅਤੇ ਆਈ ਥਿੰਕ ਪਾਪਾ ਸਾਰਿਆਂ ਦੀ ਉਮੀਦਾਂ 'ਤੇ ਖਰੇ ਵੀ ਉਤਰਨਗੇ। ਬੜੇ ਇਮੋਸ਼ਨਲ ਜੇ ਟਾਈਪ ਦੇ ਤੁਹਾਡੇ ਪਾਪਾ ਜੋ ਗੱਲਬਾਤ ਕਰਦੇ? ਹਾਂਜੀ, ਬਹੁਤ ਇਮੋਸ਼ਨਲ ਜੀ ਮੈਂ ਉਹੀ ਕਹਿੰਦੀ ਹਾਂ ਕਿ ਪਾਪਾ ਜਿਵੇਂ ਆਪਾਂ ਨੋਰਮਲ ਪੋਲੀਟੀਸ਼ੀਅਨ ਵਾਂਗੂ ਨਹੀਂ ਗੇ, ਜਿਹੜਾ ਉਹਨਾਂ ਦਾ ਫੇਸ 'ਤੇ ਹੈ ਜੀ ਉਹੀ ਦਿਲ 'ਤੇ ਹੈ, ਹਰ ਇੱਕ ਗੱਲ ਉਹ ਵਰਡ ਟੂ ਵਰਡ ਸੱਚੀ ਕਰਦੇ ਨੇ, ਕੋਈ ਕਮਾ ਫਿਰਾ ਕੇ ਕਦੇ ਉਹਨਾਂ ਨੇ ਮੋਲਡ ਨਹੀਂ ਕੀਤਾ ਕੁਛ ਵੀ, ਜਿਹੜੀ ਗੱਲ ਰੀਅਲ 'ਚ ਹੁੰਦੀ ਆ ਉਹੀ ਵਰਡ ਟੂ ਵਰਡ ਸਹੀ ਦੱਸਦੇ ਨੇ, ਅਤੇ ਉਹੀ ਮੈਂ ਕਹਿੰਦੀ ਹਾਂ ਕਿ ਪੋਲੀਟੀਸ਼ੀਅਨ ਨਹੀਂ ਗੇ ਪਾਪਾ, ਇੱਕ ਬਹੁਤ ਅੱਛੇ ਜ਼ਿਆਦਾ, ਉਸ ਤੋਂ ਵੀ ਪੋਲੀਟੀਸ਼ੀਅਨ ਤਾਂ ਚਲੋ ਹੁਣ ਹੈ ਹੀ, ਉਸ ਤੋਂ ਵੀ ਜ਼ਿਆਦਾ ਅੱਛੇ ਹਿਊਮਨ ਬੀਇੰਗ ਨੇ ਜੀ। ਕੁਛ ਟਾਈਮ ਪਿਆ ਇਹੋ ਜਿਹੇ ਵੋਟਿੰਗ 'ਚ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਇਹੀ ਅਪੀਲ ਕਰਨਾ ਚਾਹੂੰਗੀ ਜੀ ਕਿ ਬਹੁਤ ਪਿਆਰ ਦਿੱਤਾ ਲੋਕਾਂ ਨੇ ਸਾਨੂੰ, ਅਤੇ ਅਸੀਂ ਵੀ ਪ੍ਰੋਮਿਸ ਕਰਦੇ ਹਾਂ ਕਿ ਲੋਕਾਂ ਦੀ ਹਰ ਇੱਕ ਜਿਹੜੀ ਅਸੀਂ ਵਾਅਦੇ ਕੀਤੇ ਨੇ ਉਹ 'ਤੇ ਖਰੇ ਉਤਰਾਂਗੇ, ਅਤੇ ਜੋ ਜੋ ਆਪਾਂ ਵਾਅਦੇ ਕੀਤੇ ਆ ਗਿੱਦੜਬਾਹ ਵਾਸਤੇ ਆਪਣੀ ਮੰਡੀ ਵਾਸਤੇ ਉਹ ਸਾਰੇ ਪੂਰੇ ਕਰਾਂਗੇ, ਤਾਂ ਕਿ ਆਪਣੀ ਮੰਡੀ ਦਾ ਵਿਕਾਸ ਹੋ ਸਕੇ, ਸਾਰੇ ਕੰਮ ਹੋ ਸਕਣ ਜੀ। ਬਿਲਕੁਲ, ਤਾਂ ਤਸਵੀਰ ਤੁਸੀਂ ਇਸ ਵਕਤ ਵੇਖੀ ਹੈ, ਤਾਂ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਇਸ ਵਕਤ ਜਿਹੜੀ ਹੈ ਵੋਟ ਕਾਸਟ ਕਰਕੇ ਇਹ ਲੋਕ ਬਾਹਰ ਆਏ ਨੇ। ਮੈਡਮ, ਕਿਸ ਤਰੀਕੇ ਦਾ ਲੱਗ ਰਿਹਾ, ਵੋਟ ਕਾਸਟ ਹੋ ਚੁੱਕੀ ਹੈ, ਇੰਤਜ਼ਾਰ ਹੋ ਰਿਹਾ ਹੁਣ? ਬਸ ਜੀ, ਹੁਣ ਤਾਂ 23 ਤਰੀਕ ਦਾ ਇੰਤਜ਼ਾਰ ਹੈਗਾ ਸਾਨੂੰ, ਬਾਕੀ ਲੱਗਦਾ ਸਭ ਠੀਕ ਆ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਬਸ ਇਸੇ ਤਰ੍ਹਾਂ ਮੇਰੇ ਪਾਪਾ ਨੂੰ ਪਿਆਰ ਦੇਈ ਚੱਲੋ, ਤਾਂ ਕਿ ਸਾਨੂੰ ਨਤੀਜਾ 23 ਤਰੀਕ ਨੂੰ ਪਤਾ ਲੱਗੂਗਾ। ਕਿਵੇਂ ਤਾਂ ਲੱਗ ਰਿਹਾ ਆਪਣੇ ਫਾਦਰ ਵਾਸਤੇ ਕੰਮ ਕਰਕੇ? ਕਹਿੰਦੇ ਬੇਟੀ ਵਾਸਤੇ, ਬੇਟੀ ਦੇ ਫਾਦਰ ਦੀ ਅਟੈਚਮੈਂਟ ਬੜੀ ਵਧੀਆ ਹੁੰਦੀ ਹੈ, ਕਹਿੰਦੇ ਕਿਵੇਂ ਤਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਪਿਛਲੀ ਦੋ ਚੋਣਾਂ 'ਚ ਮੈਂ ਇੰਨਾ ਜ਼ਿਆਦਾ ਚੋਣ ਪ੍ਰਚਾਰ ਨਹੀਂ ਕਰ ਪਾਈ ਸੀ ਕਿਉਂਕਿ ਮੇਰੀ ਤਬੀਅਤ ਥੋੜ੍ਹੀ ਖਰਾਬ ਰਹਿੰਦੀ ਸੀਗੀ, ਪਰ ਇਸ ਵਾਰ ਮੈਂ ਡੱਟ ਕੇ ਜਿਵੇਂ ਮਿਹਨਤ ਕੀਤੀ ਆ, ਤਾਂ ਦੇਖੋ ਕੀ ਪਤਾ ਇਸ ਵਾਰੀ ਸਫਲਤਾ ਲਿਖੀ ਹੋਵੇ ਪਾਪਾ ਦੀ ਕਿਸਮਤ ਦੇ ਵਿੱਚ। ਅੱਛਾ, ਫਾਦਰ ਸਾਹਿਬ ਜਦੋਂ ਕੋਈ ਫੈਸਲੇ ਕਰਦੇ ਨੇ ਫੈਮਲੀ 'ਚ ਕਰਦੇ ਗੱਲਬਾਤ ਤੁਹਾਡੇ ਨਾਲ, ਸਾਰਿਆਂ ਨਾਲ ਰਾਏ ਕਰਦੇ ਵੀ ਆਹ ਕੁਛ ਕਰਨਾ ਜੀ, ਪਾਰਟੀ ਬਦਲਣੀ ਸੀ, ਚੋਣ ਲੜਨੀ ਸੀ? ਹਾਂਜੀ, ਸਭ ਨਾਲ ਕਰਦੇ ਨੇ ਜੀ, ਡਿਸੀਜਨ ਤਾਂ ਸਾਰਿਆਂ ਤੋਂ ਪੁੱਛ ਕੇ ਹੀ ਲੈਂਦੇ ਨੇ ਉਹ, ਇਸੇ ਕਰਕੇ ਇੰਨੇ ਸਾਲਾਂ ਤੋਂ ਪਰਿਵਾਰ ਜੁੜਿਆ ਹੋਇਆ ਜੀ, ਅਸੀਂ ਸਾਰੇ ਇੰਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਹਾਂ, ਇਸੇ ਕਰਕੇ ਕਿਉਂਕਿ ਪਾਪਾ ਨੇ ਸਭ ਨੂੰ ਬੰਨ੍ਹ ਕੇ ਰੱਖਿਆ ਹੋਇਆ, ਇਸੇ ਕਰਕੇ ਮੈਂ ਸਭ ਨੂੰ ਕਹਿੰਦੀ ਹਾਂ ਕਿ ਗਿੱਦੜਬਾਹਾ ਸ਼ਹਿਰ ਨੂੰ ਵੀ ਉਹ ਐਂ ਬੰਨ੍ਹ ਕੇ ਰੱਖਣਗੇ, ਬਸ ਉਹਨਾਂ ਨੂੰ ਮੌਕਾ ਦਿਓ ਆਪਣੇ ਆਪ ਨੂੰ ਸਾਬਿਤ ਕਰਨ। ਵੈਰੀ ਮਚ, ਤਾਂ ਬਿਲਕੁਲ ਇਸ ਵਕਤ ਸਾਡੇ ਨਾਲ ਡਿੰਪੀ ਢਿੱਲੋਂ ਦੇ ਜਿਹੜੇ ਬੇਟੀਆਂ ਨੇ ਉਹ ਮੌਜੂਦ ਸੀਗੀਆਂ, ਤਾਂ ਗੱਲਬਾਤ ਕੀਤੀ ਹੈ, ਤਾਂ ਉਹਨਾਂ ਨੇ ਕਹਿਣਾ ਕਿ ਐਜ਼ ਏ ਹਿਊਮਨ ਬੀਇੰਗ ਅਤੇ ਐਜ਼ ਏ ਇਨਸਾਨ ਕਾਫੀ ਅੱਛੇ ਇਨਸਾਨ ਜਿਹੜੇ ਨੇ ਉਹਨੇ ਡਿੰਪੀ ਢਿੱਲੋਂ ਸਾਹਿਬ ਤਾਂ ਗੱਲਬਾਤ ਕੀਤੀ ਹੈ,
ਦੂਜੇ ਪਾਸੇ ਜਿਹੜੀ ਹੈਗੀ ਵੋਟਿੰਗ ਜਿਹੜੀ ਹੈਗੀ ਉਹ ਇਸ ਵਕਤ ਚੱਲ ਰਹੀ ਹੈ, ਕਾਫੀ ਅੱਛੀ ਪਰਸੈਂਟੇਜ ਜਿਹੜੀ ਹੈਗੀ ਵੋਟਿੰਗ ਇਸ ਵਕਤ ਗਿੱਦੜਬਾਹਾ ਵਿੱਚ ਵੇਖਣ ਨੂੰ ਮਿਲ ਰਹੀ ਹੈ। ਹਾਲ ਦੇ ਗੱਲ ਕੀਤੀ ਜਾਵੇ ਤਾਂ ਪੂਰਾ ਪਰਿਵਾਰ ਜਿਹੜਾ ਹੈਗਾ ਉਸ ਦੇ ਨਾਲ ਡਿੰਪੀ ਢਿੱਲੋਂ ਖੁਦ ਜਿਹੜੇ ਨੇ ਵੋਟਿੰਗ ਕਰਨ ਦੇ ਲਈ ਗਿੱਦੜਬਾਹਾ ਦੇ ਕਪਾਹ ਮੰਡੀ ਵਿੱਚ ਪਹੁੰਚੇ ਹੋਏ ਨੇ। ਗਿੱਦੜਬਾਹਾ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।